लो जी मित्रों, अज आप हो गए सवार टॉप दे स्टालियन घोड़े ते। ते ओ घोड़ा की दा आ देखियो माड़ा जा पता लग जू। जी हाँ भाई बूटे दा, भाई बूटा रायपुर माखा। ते एक घोड़े दा नाम है सजनों अनु, जो कि बहुत टॉप दा स्टालियन, बहुत स्पॉटलैस घोड़ा, बहुत चंगा नौकरा घोड़ा। 63 इंचे की हाइट आ। तो ये भाई बूटे कोल आ, भाई बूटे दे घरें आ, भाई बूटा रायपुर माखा। तो आप अज गए सी भाई को, भाई नू नाले तां मिलन गए सीगे, ते नाले आपां वीडियो बनाउण गए सी, घोड़े ते सवारी करनी सी आपां ने। ते हाँ जी, ते खुशखबरी दी गल आ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈਏ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸੱਜਣਾਂ ਨੇ ਸ਼ੇਅਰ ਕਰਨਾ ਹੈ, ਕਿਉਂਕਿ ਇਸ ਘੋੜੇ ਦਾ ਹੁਣ ਰਿਜ਼ਲਟ ਆ ਚੁੱਕਿਆ ਮਾਰਕੀਟ ਦੇ ਵਿੱਚ। ਇਸ ਘੋੜੇ ਦੇ ਬੱਚੇ, ਇਸ ਘੋੜੇ ਤੋਂ ਪੈਦਾ ਹੋਏ ਬੱਚੇ ਬਹੁਤ ਉੱਚੀ ਰੇਂਜ ਦੇ ਵਿੱਚ ਸੇਲ ਹੋ ਰਹੇ ਨੇ। ਪੰਜਾਬ ਦੀਆਂ ਅਲੱਗ ਅਲੱਗ ਸਟੇਟਾਂ ਦੇ ਵਿੱਚ ਇਸ ਦੇ ਬੱਚੇ ਆ ਚੁੱਕੇ ਨੇ ਜੀ। ਇਹਦੇ ਰਿਜ਼ਲਟ ਬਹੁਤ ਘੈਂਟ ਆ ਚੁੱਕੇ ਆ, ਫੋਟੋਆਂ ਪਾਤੀਆਂ ਮੈਂ, ਤੁਸੀਂ ਨਜ਼ਰ ਜੀ ਮਾਰ ਲਿਓ ਮਾੜਾ ਜਿਹਾ। ਅਤੇ ਆਹ ਬਛੇਰੀ ਰਾਜਸਥਾਨ ਦੇ ਵਿੱਚ ਖੜ੍ਹੀ ਹੈ, ਅਤੇ ਆਹ ਬੱਚੇ ਹੁਣੇ ਹੁਣੇ ਜਨਮ ਲਿਆ ਇਹਨਾਂ ਨੇ। ਅਤੇ ਆਹ ਆਪਾਂ ਨੇ ਅੱਜ ਸਵਾਰੀ ਕਰੀ ਸੀ ਅਨੂ 'ਤੇ। ਅਤੇ ਹੁਣ ਅਨੂ ਦੇ ਸੁਭਾਅ ਬਾਰੇ ਦੱਸ ਦਈਏ, ਕਿਉਂਕਿ ਬਾਈ ਦਾ ਘੋੜਾ ਬਹੁਤ ਘੈਂਟ ਘੋੜਾ, 63 ਇੰਚ ਦੀ ਹਾਈਟ ਹੈ ਜੀ। ਅਤੇ ਆਹ ਘੋੜੀਆਂ ਬਾਈ ਦੇ ਘਰ ਮੀਟਿੰਗ ਲਈ ਆਈਆਂ ਹੋਈਆਂ ਸੀ। ਅਤੇ ਬਾਈ ਕੋਲ 3 ਤੋਂ 4 ਘੋੜੀਆਂ ਇੱਕ ਟਾਈਮ ਖੜ੍ਹੀਆਂ ਰਹਿੰਦੀਆਂ ਨੇ ਮੀਟਿੰਗ ਵਾਲੀਆਂ। ਅਤੇ ਆਹ ਬਾਈ ਦਾ ਬੇਟਾ ਹੈਗਾ ਅਨੂ। ਅਤੇ ਅਨੂ ਅਤੇ ਮਨੂ ਦੀ ਜੋੜੀ, ਮਨੂ ਅਤੇ ਅਨੂ ਦੀ ਜੋੜੀ, ਮਨੂ ਬੇਟੇ ਦਾ ਨਾਮ ਹੈ ਅਤੇ ਅਨੂ ਹੈਗਾ ਘੋੜੇ ਦਾ ਨਾਮ। ਅਤੇ ਇਹਨਾਂ ਦੀ ਸਟੋਰੀ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸ ਕੇ ਹਟਿਆ ਸੀ। ਅਤੇ ਬੱਚਾ ਵੀ ਬਹੁਤ ਚੰਗੀ ਸੇਵਾ ਕਰਦਾ ਘੋੜੇ ਦੀ। ਅਤੇ ਆਹ ਬਾਈ ਆ ਗਿਆ ਬੂਟਾ, ਬਾਈ ਬੂਟਾ 11 ਤੇ 4 ਆ, ਆਪਣਾ ਵੱਡਾ ਭਰਾ ਹੈ। ਬਾਈ ਬੂਟੇ ਬਾਰੇ ਦੱਸ ਦਈਏ, ਬਹੁਤ ਘੈਂਟ ਬੰਦਾ, ਬਹੁਤ ਦਿਲਦਾਰ ਬੰਦਾ, ਅਤੇ ਬਹੁਤ ਮਲਾਪੜਾ ਸੁਭਾਅ ਵਾਲਾ ਬਾਈ ਆ। ਅਤੇ ਬਾਈ ਦਾ ਨੰਬਰ ਆਪਾਂ ਸਕਰੀਨ 'ਤੇ ਦੇਣ ਲੱਗੇ ਹਾਂ। ਅਤੇ ਆਹ ਬਾਈ ਦਾ ਘੋੜਾ ਨਜ਼ਰ ਮਾਰ ਲਿਓ, ਝਲਕ ਮਾਰ ਲਿਓ ਇੱਕ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਅਤੇ ਜਿਨ੍ਹਾਂ ਕੋਲ ਘੋੜੀਆਂ ਮੀਟਿੰਗ ਵਾਲੀਆਂ, ਜਿਨ੍ਹਾਂ ਨੇ ਘੋੜੀ ਮੀਟ ਕਰਾਉਣੀ ਆ, ਅਤੇ ਉਹ ਵੀ ਬਾਈ ਨੂੰ ਫੋਨ ਲਾ ਲਿਓ। ਅਤੇ ਬਹੁਤ ਜਾਇਜ਼ ਫੀਸ ਹੈ ਇਸ ਘੋੜੇ ਦੀ। ਅਤੇ ਜਿਨ੍ਹਾਂ ਨੇ ਆਪਣੇ ਵਿਹੜੇ ਦੇ ਵਿੱਚ ਇਸ ਘੋੜੇ ਦੇ ਬੱਚੇ ਖੇਡਣੇ ਨੇ, ਖਿਡਾਉਣੇ ਨੇ, ਵੀ ਤੁਸੀਂ ਚਾਹੁੰਦੇ ਹੋ ਵੀ ਇਸ ਘੋੜੇ ਦੇ, ਇਸ ਟੌਪ ਦੇ ਸਟਾਲੀਆਂ ਦੇ ਅਨੂ ਦੇ ਬੱਚੇ ਤੁਹਾਡੇ ਵਿਹੜੇ ਦੇ ਵਿੱਚ ਵੀ ਟਹਿਲਦੇ ਫਿਰਨ, ਖੇਡਦੇ ਫਿਰਨ, ਤਾਂ ਤੁਸੀਂ ਮੀਟਿੰਗ ਕਰਾਓ ਇਸ ਘੋੜੇ ਤੋਂ। ਬਹੁਤ ਘੈਂਟ ਘੋੜਾ। ਅਤੇ ਰਿਜ਼ਲਟ ਵਾਲੀਆਂ ਫੋਟੋਆਂ ਤੁਹਾਨੂੰ ਮੈਂ ਪਾਤੀਆਂ। ਰਿਜ਼ਲਟ ਹੁਣ ਤੱਕ ਕਾਫੀ ਘੋੜੀਆਂ 'ਤੇ ਛੱਡਿਆ ਜਾ ਚੁੱਕਿਆ, ਅਤੇ ਬਹੁਤ ਜਾਇਜ਼ ਫੀਸ ਆ। ਅਤੇ ਆਹ ਵੀ ਘੋੜੀ ਬਾਈ ਕੋਲ ਮੀਟਿੰਗ ਲਈ ਆਈ ਹੋਈ ਸੀ ਕਿਤੇ ਹੋਰ ਪਿੰਡੋਂ, ਅਤੇ 1-2 ਹੋਰ ਘੋੜੀਆਂ ਆਉਣੀਆਂ ਸੀ, ਅਤੇ ਉਹ ਸ਼ਾਮ ਨੂੰ ਆਈਆਂ ਆਪਣੀ ਵੀਡੀਓ ਤੋਂ ਬਾਅਦ, ਨਹੀਂ ਤਾਂ ਤੁਹਾਨੂੰ ਉਹ ਵੀ ਵਿਖਾ ਦਿੰਦੇ। ਤੁਹਾਨੂੰ ਦੱਸਿਆ ਵੀ 3 ਤੋਂ 4 ਘੋੜੀਆਂ ਬਾਈ ਕੋਲ ਐਟ ਏ ਟਾਈਮ ਖੜ੍ਹੀਆਂ ਰਹਿੰਦੀਆਂ ਨੇ, ਜੋ ਕਿ ਮੀਟਿੰਗ ਲਈ ਆਉਂਦੀਆਂ ਨੇ। ਬਹੁਤ ਘੈਂਟ ਬੰਦਾ ਬਾਈ ਬੂਟਾ। ਅਤੇ ਬਾਈ ਤੁਸੀਂ ਇੱਕ ਵਾਰੀ ਫੋਨ ਲਾ ਕੇ ਬਾਈ ਨੂੰ ਗੱਲ ਕਰ ਲਿਓ ਬਾਈ ਨਾਲ, ਅਤੇ ਬਾਈ ਨਾਲ ਤੁਹਾਨੂੰ ਗੱਲ ਕਰਕੇ ਬਾਈ ਦਾ ਸੁਭਾਅ ਦਾ ਪਤਾ ਲੱਗ ਜਾਣਾ। ਆਹ ਵੀ ਘੋੜੀ ਬਾਈ ਕੋਲ ਮੀਟਿੰਗ ਲਈ ਆਈ ਹੋਈ ਸੀ। ਅਤੇ ਇਸ ਘੋੜੇ ਦੇ ਰਿਜ਼ਲਟ ਇੰਡੀਆ, ਆਪਣੇ ਦੇਸ਼ ਦੇ ਵਿੱਚ ਅਲੱਗ ਅਲੱਗ ਸਟੇਟਾਂ ਦੇ ਵਿੱਚ ਇਸ ਦੇ ਰਿਜ਼ਲਟ ਖੜ੍ਹੇ ਆ ਜੀ। ਅਤੇ ਬਾਈ ਤੋਂ ਡਿਟੇਲ ਲੈ ਲਿਓ, ਬਾਈ ਕੋਲ ਉਹਨਾਂ ਘੋੜੀਆਂ ਵਾਲਿਆਂ ਦੇ ਨੰਬਰ ਆ। ਬਾਕੀ ਜਿਨ੍ਹਾਂ ਨੇ ਘੋੜੇ ਤੋਂ ਘੋੜੀਆਂ ਮੀਟ ਕਰਾਈਆਂ, ਇਹਨਾਂ ਦੇ ਬੱਚੇ ਇਸ ਘੋੜੇ ਦੇ ਤੁਹਾਡੇ ਕੋਲ ਖੜ੍ਹੇ ਆ, ਅਤੇ ਉਹ ਵੀ ਫੋਨ ਜ਼ਰੂਰ ਕਰਕੇ ਦੱਸਿਓ ਬਾਈ ਨੂੰ। ਅਤੇ ਆਹ ਕੁਛ ਬੱਚੇ ਆਏ ਸੀਗੇ, ਜੋ ਕਿ ਇਹਨਾਂ ਨੇ ਵੀ ਫੋਟੋਗ੍ਰਾਫੀ ਕਰਾਈ, ਇਹਨਾਂ ਨੂੰ ਵੀ ਆਪਣੀ ਵੀਡੀਓ ਦੇ ਵਿੱਚ ਆਪਣੇ ਸ਼ਾਮਿਲ ਕੀਤਾ। ਅਤੇ ਬਾਈ ਦੇ ਪਿੰਡੋਂ ਸੀਗੇ ਜਵਾਕ, 3-4 ਮੁੰਡੇ ਸੀਗੇ, ਅਤੇ ਇਹਨਾਂ ਨੇ ਵੀ ਆਖਿਆ ਵੀ ਆਪਾਂ ਫੋਟੋਆਂ ਕਰਾਉਣੀਆਂ ਬਾਈ, ਅਤੇ ਆਪਾਂ ਨੇ ਬਹਾ ਦੇ ਉੱਤੇ।
ਵੀ ਨਾਲੇ ਸਵਾਰੀ ਕਰ ਲਓ ਭਾਈ, ਨਾਲੇ ਵੀਡੀਓ ਬਣਾ ਲਓ ਅਤੇ ਨਾਲੇ ਤੁਸੀਂ ਫੋਟੋ ਖਿੱਚ ਲਓ। ਕਿਉਂਕਿ ਜੇ ਕਿਸੇ ਨੂੰ ਆਪਾਂ ਸ਼ੌਂਕ ਲਾਵਾਂਗੇ ਤਾਂ ਹੀ ਇਹ ਸ਼ੌਂਕ ਅੱਗੇ ਬਣਦਾ। ਇਹ ਸ਼ੌਂਕ ਲਾਉਣ ਲਈ ਥੋੜ੍ਹਾ ਜਿਹਾ ਇੱਕ ਕਦਮ ਚੱਕਣਾ ਪੈਂਦਾ। ਅਤੇ ਆਹ ਮੈਂ ਸੀਗਾ, ਥੋੜ੍ਹਾ ਜਿਹਾ ਇੱਧਰੋਂ ਮੁੜਕੋ ਮੁੜਕੀ ਜਿਹੇ ਹੋਏ ਹੋਏ ਸੀ ਕਿਉਂਕਿ ਮੈਂ ਕਾਫੀ ਟਾਈਮ ਘੋੜੇ ਦੇ ਉੱਤੇ ਸਵਾਰੀ ਕੀਤੀ ਸੀ, ਤਾਂ ਜਾਂ ਸਰੀਰ ਨੂੰ ਰਿਲੈਕਸ ਜਿਹਾ ਕਰਤਾ ਘੋੜੇ ਨੇ। ਅਤੇ ਮੇਰੇ ਪਿੰਡ ਵੀ ਮੈਂ ਕਾਫੀ ਕਈ ਵਾਰ ਸਵਾਰੀ ਕਰਦਾ ਰਹਿਣਾ ਅਤੇ ਹੋਰ ਵੀ ਕਿਸੇ ਯਾਰ ਮੇਲੀਆਂ 'ਤੇ ਘੋੜੀ 'ਤੇ ਸਵਾਰੀ ਕਰ ਲੈਂਦੇ ਹਾਂ, ਘੋੜਿਆਂ 'ਤੇ ਵੀ। ਪਰ ਮੈਨੂੰ ਘੋੜੀਆਂ ਨਾਲੋਂ ਘੋੜਿਆਂ 'ਤੇ ਸਵਾਰੀ ਕਰਨੀ ਬਹੁਤ ਚੰਗੀ ਲੱਗਦੀ ਆ। ਕਿਉਂਕਿ ਹੁਣ ਘੋੜਿਆਂ ਦਾ ਦੱਸਾਂ ਮੈਂ, ਘੋੜੇ ਜਿਹੜਾ ਬੰਦਾ ਘੋੜਿਆਂ 'ਤੇ ਸਵਾਰੀ ਕਰਦਾ ਅਤੇ ਉਹਦਾ ਦਿਲ ਦਿਮਾਗ ਤਰੋ ਤਾਜ਼ਾ ਰਹਿੰਦਾ। ਅਤੇ ਅਸਲ ਦੇ ਵਿੱਚ ਇਹ ਉਹਨਾਂ ਦੇ ਘਰੀਂ ਹੁੰਦੇ ਆ, ਉਹਨਾਂ ਦੇ ਘਰੀਂ ਇਹਨਾਂ ਦਾ ਪੈੜਾ ਪੈਂਦਾ, ਉਹਨਾਂ ਦੇ ਘਰੀਂ ਇਹਨਾਂ ਦਾ ਪੈਰ ਪੈਂਦਾ, ਜਾਂ ਉਹਨਾਂ ਦੇ ਘਰੀਂ ਇਹਨਾਂ ਦਾ ਜਨਮ ਹੁੰਦਾ ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਆ। ਅਤੇ ਆਪਾਂ ਵੀ ਘੋੜੀ ਲਿਆਉਣ ਬਾਰੇ ਸੋਚ ਰਹੇ ਹਾਂ, ਤਾਂ ਜੇ ਕਿਸੇ ਕੋਲ ਜਾਇਜ਼ ਜਿਹੇ ਰੇਟ ਦੀ ਘੋੜੀ ਹੋਈ ਤਾਂ ਆਪਾਂ ਨੂੰ ਜ਼ਰੂਰ ਫੋਨ ਕਰਿਓ। ਅੱਜ ਵੀ ਕੁਛ ਸੱਜਣ ਆਪਾਂ ਨੂੰ ਮਿਲਣ ਆਏ ਸੀਗੇ, ਆਪਾਂ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਜੀ। ਅਤੇ ਬਾਈ ਬੂਟੇ ਬਾਰੇ ਅਤੇ ਇਸ ਘੋੜੇ ਬਾਰੇ ਦੱਸਦਾ ਵੀ ਇਸ ਘੋੜੇ ਦਾ ਬਾਈ ਨਾਲ ਬਹੁਤ ਜ਼ਿਆਦਾ ਲਗਾਵ ਆ। ਅਤੇ ਜਿੰਨੀ ਕੁ ਗੱਲ ਆਪਾਂ ਪਰਿਵਾਰ ਦੀ ਮੈਂਬਰ ਦੀ ਮੰਨਦੇ ਹੁੰਦੇ ਹਾਂ, ਇੰਨੀ ਹੀ ਇਹ ਘੋੜਾ ਬਾਈ ਦੀ ਗੱਲ ਮੰਨਦਾ ਅਤੇ ਸਾਰੇ ਪਰਿਵਾਰ ਨਾਲ ਹੀ। ਘੋੜਾ ਬਹੁਤ ਫਰੈਂਡਲੀ ਹੈ, ਬਹੁਤ ਹੀ ਸਾਊ ਹੈ ਘੋੜਾ। ਅਤੇ ਭਾਵੇਂ ਛੋਟੇ ਜਿਹੇ ਬੱਚੇ ਨੂੰ ਬਹਾ ਦਿਓ, ਮਜਾਲ ਆ ਵੀ ਘੋੜੇ ਨੇ ਉਹਦੀ ਜੱਜਮੈਂਟ ਕਰ ਲੈਣੀ ਹੈ ਵੀ ਕੋਈ ਮੇਰੇ ਉੱਤੇ ਬੱਚਾ ਬੈਠਾ ਹੈ ਜਾਂ ਬਜ਼ੁਰਗ ਜਾਂ ਸਿਆਣਾ ਕੋਈ ਬੈਠਾ, ਇਹਨੇ ਉਹੀ ਤੋਰੇ 'ਤੇ ਤੁਰਨਾ ਹੈ। ਅਤੇ ਆਹ ਤੋਂ ਕਾਫੀ ਟਾਈਮ ਮੈਂ ਦੱਸਿਆ ਤੁਹਾਨੂੰ ਵੀ ਮੈਂ ਝੂਟੀਆਂ ਲਈਆਂ ਸੀ ਘੋੜੇ 'ਤੇ, ਅਤੇ ਪਹਿਲੀ ਵਾਰ ਤਾਂ ਡਰ ਲੱਗਿਆ ਸੀਗਾ, ਪਰ ਅੱਜ ਤਾਂ ਮੈਂ ਸ਼ੌਂਕ ਦੇ ਵਿੱਚ ਹੀ ਬੈਠਿਆ ਸੀ, ਨਾ ਤਾਂ ਅੱਜ ਮੈਂ ਡਰ ਰੱਖਿਆ ਦਿਲ ਦੇ ਵਿੱਚ। ਕਿਉਂਕਿ ਪਹਿਲੀ ਵਾਰ ਤਾਂ ਘਰੋਂ ਕਹਿ ਕੇ ਵੀ ਤੋਰਿਆ ਸੀਗਾ ਅਤੇ ਅੱਜ ਮੈਂ ਆਪ ਹੀ ਬੈਠਿਆ ਸੀਗਾ, ਠੀਕ ਹੈ ਜੀ। ਅਤੇ ਹੁਣ ਮੇਰਾ ਵੀ ਦਿਲ ਜਿਹਾ ਖੁੱਲ੍ਹ ਗਿਆ, ਮੈਂ ਵੀ ਹੁਣ ਕਾਫੀ ਵਾਰ ਸਵਾਰੀ ਕਰ ਲਈ। ਤਾਂ ਅੱਜ ਅਨੂ 'ਤੇ ਇੱਕ ਕਾਫੀ ਦਿਨਾਂ ਤੋਂ ਇੱਕ ਐਂ ਸੀਗਾ ਵੀ ਅਨੂ 'ਤੇ ਸਵਾਰੀ ਕਰਨੀ ਆ, ਅਨੂ 'ਤੇ ਸਵਾਰੀ ਕਰਨ ਦੀ ਮੇਰੀ ਵੀ ਖੁਆਇਸ਼ ਸੀਗੀ ਜੋ ਕਿ ਅੱਜ ਪਰਮਾਤਮਾ ਨੇ ਪੂਰੀ ਕਰਤੀ। ਅਤੇ ਅੱਜ ਮੈਂ ਕਾਫੀ ਟਾਈਮ ਬਾਈ ਨੇ ਗੱਦੀ ਗੁੱਦੀ ਪਾ ਦੀ ਘੋੜੇ 'ਤੇ ਤਿਆਰ ਕਰਤਾ, ਅਤੇ ਅੱਜ ਵੀ ਮੈਂ ਕਾਫੀ ਟਾਈਮ ਸਵਾਰੀ ਕਰੀ ਘੋੜੇ ਦੀ, ਡੈਡੀ ਵੀਡੀਓ ਬਣਾ ਰਹੇ ਸੀਗੇ। ਅਤੇ ਇਹ ਘੋੜਾ ਦੇਖ ਲਓ ਤੁਸੀਂ, 63 ਇੰਚ ਇਹਦੀ ਹਾਈਟ ਆ। ਅਤੇ ਮੀਟਿੰਗ ਲਈ ਆਪਣੀਆਂ ਘੋੜੀਆਂ ਮੀਟ ਕਰਾਉਣ ਲਈ ਅਤੇ ਬਾਈ ਨੂੰ ਫੋਨ ਲਾ ਲਿਓ, ਸੰਪਰਕ ਕਰਿਓ ਬਾਈ ਨੂੰ। ਬਾਈ ਬਹੁਤ ਘੈਂਟ ਬੰਦਾ, ਬਾਈ ਬੂਟਾ, ਪਿੰਡ ਹੈਗਾ ਜੀ ਰਾਏਪੁਰ ਮਾਖਾ, ਜੋ ਕਿ ਬਿਲਕੁਲ ਮੂਸਾ ਪਿੰਡ ਦੇ ਬਿਲਕੁਲ ਕੋਲ ਆ, ਮੂਸਾ ਪਿੰਡ ਦੇ ਬਿਲਕੁਲ ਕੋਲ ਆ, ਜ਼ਿਲ੍ਹਾ ਮਾਨਸਾ ਅਤੇ ਤਲਵੰਡੀ ਸਾਬੋ ਤੋਂ ਇਹ ਪਿੰਡ 15-20 ਕਿਲੋਮੀਟਰ ਰਹਿ ਜਾਂਦਾ ਸਾਬੋ ਕੀ ਤਲਵੰਡੀ। ਅਤੇ ਆਉਣ ਵਾਲੀ 24 ਤਰੀਕ ਨੂੰ ਤਲਵੰਡੀ ਸਾਬੋ ਦੀ ਮੰਡੀ ਆ ਜੀ, ਅਤੇ ਇਸੇ ਵੀਡੀਓ ਦੇ ਵਿੱਚ ਹੀ ਦੱਸੀਏ ਤੁਹਾਨੂੰ ਵੀ ਤਲਵੰਡੀ ਸਾਬੋ ਦੀ 24 ਤਰੀਕ ਤੋਂ 31 ਤਰੀਕ ਤੱਕ ਮੰਡੀ ਲੱਗ ਰਹੀ ਆ ਘੋੜਿਆਂ ਦੀ, ਜੋ ਕਿ ਪਹਿਲੀ ਮੰਡੀ ਆ। ਉਹਦੇ ਵਿੱਚ ਹੁੰਮ ਹੁਮਾ ਕੇ ਪਹੁੰਚਣਾ, ਦੇਖਣ ਵਾਲਿਆਂ ਨੇ ਅਤੇ ਘੋੜੇ ਵਾਲਿਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਅਤੇ ਘੋੜਿਆਂ ਨੂੰ ਘੋੜੇ ਦਿਖਾਇਓ ਬੱਚਿਆਂ ਨੂੰ, ਤਾਂ ਜੋ ਬੱਚਿਆਂ ਦੇ ਅੰਦਰ ਸ਼ੌਂਕ ਪੈ ਸਕੇ, ਨਸ਼ੇ ਪੱਤੇ ਤੋਂ ਦੂਰ ਰਹਿਣ ਅਤੇ ਚੰਗਾ ਸ਼ੌਂਕ ਇਹ। ਅਤੇ ਇਹ ਸ਼ੌਂਕ ਦੇ ਨਾਲ ਨਾਲ ਇੱਕ ਵਪਾਰ ਵੀ ਆ, ਜੇ ਆਪਾਂ ਇਹਨੂੰ ਵਪਾਰ ਬਣਾਉਣਾ ਚਾਹੀਏ ਤਾਂ ਆਪਾਂ ਇਹਨੂੰ ਵਪਾਰ ਵੀ ਬਣਾ ਸਕਦੇ ਹਾਂ। ਮੰਨ ਲਓ ਇੱਕ ਘੋੜੀ ਰੱਖ ਲਈ ਚੰਬੀ, ਭਾਵੇਂ ਸਸਤੀ ਤੋਂ ਸਸਤੀ ਚੰਬੀ ਰੱਖ ਲਓ ਅਤੇ ਉਹਨੂੰ ਚੰਗੇ ਘੋੜੇ ਤੋਂ ਮਿਲਾ ਦਿਉ, ਅਤੇ ਅੱਗੋਂ ਬੱਚੇ ਵੀ ਵੇਚ ਸਕਦੇ ਹੋ ਤੁਸੀਂ। ਅਤੇ ਨਾਲ ਦੀ ਨਾਲ ਇਹ ਖੇਤੀਬਾੜੀ ਦੇ ਨਾਲ ਸੰਬੰਧਿਤ ਧੰਦਾ, ਇਹਨੂੰ ਧੰਦਾ ਬਣਾ ਕੇ ਚੱਲੋ ਜੀ, ਨਾਲੇ ਸ਼ੌਂਕ ਦਾ ਸ਼ੌਂਕ, ਨਾਲੇ ਧੰਦਾ, ਅਤੇ ਨਾਲੇ ਸ਼ੌਂਕ ਪੂਰਾ ਹੋਈ ਜਾਵੇ, ਅਤੇ ਨਾਲ ਦੀ ਨਾਲ ਹੀ ਖੇਤੀ ਦੇ ਨਾਲ ਨਾਲ ਸਹਾਰਾ ਲੱਗ ਜਾਂਦਾ। ਕਿਉਂਕਿ ਜਦੋਂ ਕੋਈ ਚੰਗੇ ਘੋੜੇ ਦਾ ਚੰਗਾ ਬੱਚਾ ਸੇਲ ਹੁੰਦਾ ਤਾਂ ਫਸਲ ਨਾਲੋਂ ਵੀ ਮੂਹਰੇ ਚੱਲ ਜਾਂਦਾ। ਜਿਹੜੇ ਮੀਡੀਅਮ ਕਲਾਸ ਆਪਣੇ ਵਰਗੇ ਛੋਟੀ
ਕਬੀਲਦਾਰੀ ਵਾਲੇ ਲੋਕ ਹੁੰਦੇ ਆ, ਅਤੇ ਜੇ ਉਹ ਐਂ ਇੱਕ ਘੋੜੀ ਵੀ ਘੱਟ ਤੋਂ ਘੱਟ ਰੇਂਜ ਵਾਲੀ ਵੀ ਰੱਖਣ ਤਾਂ ਮੰਨ ਲਓ ਇੱਕ ਵਾਰੀ ਪੈਸੇ ਲੱਗਦੇ ਆ, ਅਤੇ ਜਦੋਂ ਪੈਸੇ ਆਉਣ ਲੱਗ ਜਾਣ ਤਾਂ ਫਿਰ ਤਾਂ ਬਾਈ ਸਾਰਾ ਦਾਣਾ ਪਾਣੀ ਸਾਰਾ ਖਰਚਾ ਪਾਣੀ ਘਰ ਦਾ ਚੱਲ ਪੈਂਦਾ। ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਨਹੀਂ, ਇੱਕ ਸਲਾਹ ਜੀ ਦਿੰਦਾ ਵੀ ਤੁਸੀਂ ਮੰਨ ਕੇ ਦੇਖਿਓ ਵੀ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਘੋੜੀਆਂ ਰੱਖੀਆਂ ਨੇ ਬੱਚੇ ਸੇਲ ਕਰਦੇ ਹੋ ਉਹ ਤਾਂ ਇਹ ਗੱਲ ਨੂੰ ਜਾਣਦੇ ਨੇ, ਪਰ ਜਿਹੜੇ ਪਹਿਲੀ ਵਾਰ ਰੱਖਣਾ ਚਾਹੁੰਦੇ ਨੇ ਉਹ ਜ਼ਰੂਰ ਰੱਖ ਕੇ ਦੇਖਿਓ। ਅਤੇ ਇਹੋ ਜਿਹੇ ਟੋਪ ਦੇ ਸਟਾਲੀਆਂ ਤੋਂ ਜੋ ਇੱਕ ਵਾਰੀ ਮੇਟ ਕਰਾਓ ਘੋੜੀ ਤਾਂ ਜੋ ਤੁਹਾਡੇ ਘਰੇ ਬਿਲਕੁਲ ਸਪੋਟਲੈਸ ਬੱਚੇ ਆ ਸਕਣ, ਅਤੇ ਤੁਹਾਨੂੰ ਨਾਲੇ ਤਾਂ ਘਰ ਦਾ ਖਰਚਾ ਅਤੇ ਨਾਲ ਕਬੀਲਦਾਰੀ ਅਤੇ ਨਾਲੇ ਖੇਤੀਬਾੜੀ ਦੇ ਨਾਲ ਹੀ ਇਹ ਸਹਾਇਕ ਧੰਦਾ ਜੀ, ਇਹਨੂੰ ਸਹਾਇਕ ਧੰਦਾ ਬਣਾ ਕੇ ਰੱਖੋ, ਬਣਾ ਕੇ ਚੱਲੋ। ਇਹਨੇ ਖੇਤੀਬਾੜੀ ਤੋਂ ਵੀ ਕਿਸੇ ਦਿਨ ਮੂਹਰੇ ਨਿਕਲ ਜਾਣਾ ਇਸ ਧੰਦੇ ਨੇ। ਆਉਣ ਅੱਜ ਕੱਲ੍ਹ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਸ਼ੌਂਕ ਆ, ਸ਼ੌਂਕ ਦਿਨੋਂ ਦਿਨ ਵੱਧ ਰਿਹਾ। ਅਤੇ ਮੇਰੇ ਡੈਡੀ ਜੀ ਗਏ ਸੀਗੇ ਨਾਲ ਮੇਰੇ, ਜੋ ਕਿ ਹਰੇਕ ਵੀਡੀਓ ਦੇ ਵਿੱਚ ਹੀ ਹੁੰਦੇ ਨੇ। ਅਤੇ ਆਪਣੇ ਘੋੜਾ ਲਿਆ ਤਾਂ ਅੰਦਰ, ਅਤੇ ਆ ਬਾਈ ਬੂਟਾ। ਅਤੇ ਦੁਬਾਰੇ ਬੇਨਤੀ ਆ ਸੱਜਣਾ ਨੂੰ ਵੀ ਇਸ ਘੋੜੇ ਦੀ ਮੀਟਿੰਗ ਲਈ ਬਾਈ ਬੂਟੇ ਦਾ ਨੰਬਰ ਸਕਰੀਨ 'ਤੇ ਦੇ ਰਿਹਾ, ਅਤੇ ਬਾਈ ਬੂਟੇ ਨੂੰ ਲਾ ਲਿਓ ਫੋਨ, ਅਤੇ ਇਸ ਘੋੜੇ ਤੋਂ ਮੀਟਿੰਗ ਕਰਾਉਣ ਲਈ ਬਾਈ ਨਾਲ ਕਰ ਲਿਓ ਸੰਪਰਕ। ਠੀਕ ਹੈ ਜੀ, ਬਹੁਤ ਹੀ ਜਾਇਜ਼ ਫੀਸ ਹੈ ਇਸ ਘੋੜੇ ਦੀ, ਅਤੇ ਬਹੁਤ ਘੈਂਟ ਘੋੜਾ, ਚੱਕ ਰੂਹੀ ਵਾਲੇ ਸੁਲਤਾਨ ਦਾ ਇਹ ਬੱਚਾ ਹੈ, ਅਨੂ ਇਹਦਾ ਨਾਮ ਆ, 63 ਇੰਚ ਇਹਦੀ ਹਾਈਟ ਆ। ਬਾਕੀ ਫੀਸ ਬਾਰੇ ਜਿੰਨੀ ਫੀਸ ਆ ਉਹ ਬਾਈ ਤੋਂ ਤੁਸੀਂ ਫੋਨ 'ਤੇ ਗੱਲਬਾਤ ਕਰ ਲਿਓ। ਅਤੇ ਆਪਾਂ ਨੇ ਘੋੜਾ ਲਿਆ ਤਾਂ ਘਰੇ, ਅਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ। ਅਤੇ ਜੀ ਬੇਨਤੀ ਆ ਸੱਜਣਾ ਨੂੰ ਵੀ ਜ਼ੋਰ ਲੱਗਿਆ ਪਿਆ ਪੂਰਾ ਬਹੁਤ ਟਾਈਮ ਪੂਰਾ ਕਰਨ 'ਤੇ, ਅਤੇ ਮਾੜਾ ਜਿਹਾ ਹਿੰਮਤ ਮਾਰੋ ਬਾਈ ਬਣ ਕੇ ਤਾਂ ਜੋ ਆਪਣਾ ਵੀ ਖਰਚਾ ਬਣੀ ਜਾਂ ਚੱਲ ਪਏ ਅਤੇ ਮਿਹਨਤ ਪੱਲੇ ਪੈਣ ਲੱਗ ਜੇ। ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਧੰਨਵਾਦ ਜੀ।